ਹਾਂਜੀ ਸਤਿ ਸ੍ਰੀ ਅਕਾਲ ਅਸਲਾਮੁ ਅਲੈਕੁਮ ਕੀ ਹਾਲ ਚਾਲ ਆਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਖੁਸ਼ ਹੋਣਗੇ ਹਸਦੇ ਵਸਦੇ ਹੋਣਗੇ ਗੱਲ ਕਰਦੇ ਆਂ ਜੀ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀ ਗਿਣ ਗਿਣ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਤੇ ਇੰਡੀਆ ਦਾ ਇੱਕ ਬਗੋੜਾ ਮੇਜਰ ਗੋਬਰ ਆ ਰਿਹਾ ਕੋਈ ਇਦਾਂ ਦਾ ਨਾਮ ਉਹਦਾ ਉਹਨੇ ਇਸ ਗਾਣੇ ਦਾ ਮਜ਼ਾਕ ਬਣਾਇਆ ਔਰ ਗੱਲ ਕੀਤੀ ਜੀ ਬੇਬਗੂਫੋ ਦਿੱਲੀ ਘਬਰ ਨਪੀ ਤੁਮਨੇ ਉਹ ਇਦਾਂ ਦੀ ਕੋਈ ਉਹਨੇ ਗੱਲਬਾਤ ਕੀਤੀ ਜੇ ਆਪਾਂ ਗੱਲ ਕਰੀਏ 1962 ਦੀ ਤੇ ਕਿਹਦੇ ਬਾਰੇ ਆਰਟੀਕਲ ਲਿਖਿਆ ਹੋਇਆ ਐਮ ਰਾਜੀਵ ਲੋchan ne Indian Express ਤੇ ਲਿਖਿਆ ਹੋਇਆ ਕਿ ਜਦੋਂ 1962 ਦੇ ਵਿੱਚ ਇੰਡੀਆ ਨੂੰ ਬਣੇ ਹੋਏ ਕੁਝ ਸਾਲ ਹੋਏ ਸੀ ਤੇ ਚੀਨਾਂ ਨੇ ਇਹਨਾਂ ਨੂੰ ਅਲਰਟ ਕਰ ਦਿੱਤਾ ਚੀਨਾਂ ਨੇ ਕਿ ਆਹ ਤਿਆਰ ਹੋ ਜਾ ਅਸੀਂ ਤੁਹਾਡੀ ਮੰਜੀ ਠੋਕਣੀ ਆ ਤੇ ਜਿਹੜੀਆਂ ਲੱਤਾਂ ਤੇ ਹਾਲੇ ਚੰਗੀ ਤਰ੍ਹਾਂ ਇੰਡੀਆ ਖੜਾ ਵੀ ਨਹੀਂ ਹੋਇਆ ਸੀ ਉਹ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ ਤੇ ਡਿਫੈਂਸ ਮਿਨਿਸਟਰ ਨੇ ਐਲਾਨ ਕਰਵਾਤਾ ਕਿ ਪੂਰੇ ਭਾਰਤ ਵਿੱਚੋਂ ਜਿਹੜਾ ਬੰਦਾ ਜਿੰਨਾ ਚਾਵੇ ਹੈਲਪ ਕਰ ਸਕਦਾ ਪੂਰੇ ਭਾਰਤ ਵਿੱਚੋਂ 8 ਕਰੋੜ ਰੁਪਏ 1962 ਦੇ ਵਿੱਚ ਇਕੱਠਾ ਹੋਇਆ ਜਿਹਦੇ ਵਿੱਚੋਂ 46% ਸਿਰਫ ਪੰਜਾਬ ਤੋਂ ਇਕੱਠਾ ਹੋਇਆ ਜਿਹੜਾ ਬਣਦਾ ਸੀ 3.7 ਕਰੋੜ ਰੁਪਈਆ 3 ਕਰੋੜ 70 ਲੱਖ ਰੁਪਏ ਸਿਰਫ ਪੰਜਾਬ ਤੋਂ ਇਕੱਠਾ ਹੋਇਆ ਸੀ ਜਿਹੜਾ 46% ਬਣਦਾ ਇਹ ਨਹੀਂ ਪੂਰੇ ਇੰਡੀਆ ਚੋਂ 5 ਕਿਲੋ 32 ਗ੍ਰਾਮ ਸੋਨਾ ਇਕੱਠਾ ਹੋਇਆ ਔਰ ਸਿਰਫ ਪੰਜਾਬ ਤੋਂ 252 ਕਿਲੋਗ੍ਰam ਸੋਨਾ ਇਕੱਠਾ ਆਇਆ ਇੰਨੀ ਨਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 12000 골ਡ ਮੈਡਲ ਉਹ ਵੀ ਵਿੱਚ ਸ਼ਾਮਲ ਸੀ ਪੰਜਾਬ ਤਾਂ ਕੀ ਪੰਜਾਬ ਨੇ ਤਾਂ ਡਿਫੈਂਡ ਕਰ ਲੈਣਾ ਸੀ ਆਪਣੇ ਆਪ ਨੂੰ ਜਿਹਦੇ ਕੋਲ ਇੰਨੀ ਪਾਵਰ ਹੈ ਸੀ ਕਿ ਤਕਰੀਬਨ 50 55% ਉਹਨੇ ਸਿਰਫ ਆਪਣਾ ਆਪ ਸਾਰਾ ਤੁਹਾਨੂੰ ਦੇ ਦਿੱਤਾ ਇੰਨਾ ਕੋ ਤੁਸੀਂ ਇਹਨਾਂ ਦਾ ਦਿੱਤਾ ਹੋਇਆ ਆਸਾਨ ਮੰਨਦੇ ਆ ਅੱਜ ਜਦੋਂ ਹੱਕ ਮੰਗਣ ਦੀ ਵਾਰੀ ਆਈ ਉਦੋਂ ਤੁਹਾਡੀਆਂ ਧੋਥੀਆਂ ਗਿੱਲੀਆਂ ਹੋ ਗਈਆਂ ਉਦੋਂ ਤੁਹਾਨੂੰ ਅਤਵਾਦੀ ਲੱਗਣ ਲੱਗ ਗਏ ਉਦੋਂ ਤੁਹਾਨੂੰ ਸਾਰਾ ਕੁਝ ਲੱਗਣ ਲੱਗ ਗਿਆ ਇਹਨਾਂ ਬਾਂਦਰ ਸੇਣਾ ਵਾਲਿਆਂ ਦਾ ਵੀ ਕੋਈ ਕਸੂਰ ਨਹੀਂ ਇਹਨਾਂ ਨੂੰ ਰਾਜਖਾਨ ਨੂੰ ਮਿਲ ਜਾਵੇ ਤੇ ਇਹ ਆਪਣਾ ਪਿਓ ਬਦਲ ਲੈਂਦੇ ਅਗਰ ਉਸ ਤੌਰ ਤੇ ਰੁਪਏ ਦੀ ਵੈਲਿਊ ਲਈ ਜਾਵੇ ਪੈਸੇ ਦੀ ਵੈਲਿਊ ਲਈ ਜਾਵੇ ਤੇ ਅੱਜ ਉਹ ਪੂਰਾ ਪੈਸਾ ਅਗਰ ਵਾਪਸ ਕਰ ਦੋਵੇ ਪੰਜਾਬ ਨੂੰ ਇੰਡੀਆ ਨੂੰ ਵਿੱਚੋਂ ਕਈ ਕਹਿਣਗੇ ਜੀ ਉਹ ਕਹਿੰਦਾ ਸਿੱਖਾਂ ਨੂੰ ਥੋੜਾ ਦਿੱਤਾ ਸੀ ਆ ਜਿਹੜੇ ਬਾਂਦਰ ਸੇਣਾ ਵਾਲੇ ਕਈ ਖੜ ਤੇ ਟਕੂਸੀਆਂ ਮਾਰਦੇ ਕਹਿਣਗੇ ਉਹ ਸਿਰਫ ਸਿੱਖਾਂ ਨੇ ਥੋੜਾ ਦਿੱਤਾ ਸੀ ਉਹ ਤਾਂ ਅਸੀਂ ਦਿੱਤਾ ਸੀ ਤੁਹਾਡੀ ਉਗਾਤ ਘਰ ਆਏ ਬੰਦੇ ਨੂੰ ਪਾਣੀ ਪਲਾਉਣ ਦੀ ਨਹੀਂ ਇਹ ਸਾਰਿਆਂ ਨੂੰ ਪਤਾ ਤੁਹਾਡੇ ਘਰ ਤੋਂ ਕੋਈ ਪ੍ਰੋਣਾ ਆ ਜਾਵੇ ਤੁਸੀਂ ਤਾਂ ਉਹਨੂੰ ਵੀ ਇੰਜ ਪੁੱਛਦੇ ਹੋ ਭਾਉ ਰੋਟੀ ਖਾ ਕੇ ਆਏ ਆ ਜਾਂ ਘਰ ਜਾ ਕੇ ਖਾਣੀ ਆ ਤੁਸੀਂ ਕਹਿੰਦੇ ਤੁਸੀਂ দান ਕਰਨਾ ਅਗਰ ਉਸ ਟਾਈਮ ਦੇ ਰੁਪਈਏ ਦੀ ਵੈਲਿਊ ਲਾ ਕੇ ਜਾਂ 골ਡ ਦੀ ਵੈਲਿਊ ਲਾ ਕੇ ਅਗਰ ਸਾਰਾ ਪੈਸਾ ਸਿਰਫ ਵਾਪਸ ਕੀਤਾ ਜਾਵੇ ਨਾ ਤੇ ਇੰਡੀਆ ਦੇ ਜਿੰਨੇ ਵੀ ਮਨਿਸਟਰ ਮਨਿਸਟਰ ਉਹਨਾਂ ਕੋ ਸਿਰਫ ਕੱਚੇ ਬਚਣਗੇ ਪੌਣ ਵਾਲੇ ਪੈਸੇ ਫਿਰ ਵੀ ਪੂਰੇ ਨਹੀਂ ਹੋਣੇ ਔਰ ਇਹ ਸਚਾਈਆ ਐਮ ਰਾਜੀਵ ਲੋਚਨ ਨੇ ਲਿਖਿਆ ਹੋਇਆ ਇੰਡੀਅਨ ਐਕਸਪ੍ਰੈਸ ਆਫ ਦਿ ਆਰਟੀਕਲ ਦੇ ਵਿੱਚ ਲਿਖ ਕੇ ਉਹਨਾਂ ਦੱਸਿਆ ਹੋਇਆ ਇਹ ਪੰਜਾਬ ਆ ਤੁਸੀਂ ਦਿੱਲੀ ਦੀ ਗੱਲ ਕਰਦੇ ਆ ਉਹ ਤੁਹਾਡਾ ਪੂਰਾ ਭਾਰਤ ਨਾਪ ਲੈਣ ਤੁਸੀਂ ਤਾਂ ਨਹੀਂ ਕੁਝ ਕਹ ਸਕਦੇ ਤੇ ਆ ਕੋਈ ਮੇਜਰ ਗੌਰਵ ਆਰੀਆ ਗੋਬਰ ਆਰੀਆ ਪਤਾ ਨਹੀਂ ਕੀ ਨਾ ਭਗੋੜਾ ਕੋਈ ਮੇਜਰ ਉਹ ਬਹਿ ਜਾਂਦਾ ਬਿੰਗੇ ਛਾਜਰ ਦਾ ਮੂੰਹ ਲੈ ਕੇ ਜਿਹਨੂੰ ਪਤਾ ਨਹੀਂ ਐਨ ਦਾ ਉਹਨੇ ਇੰਜ ਲਾਈਆਂ ਹੋਈਆਂ ਵੱਡੇ ਨੰਬਰ ਦੀਆਂ ਪਤਾ ਨਹੀਂ ਕਿੰਨਾ ਕੁ ਪੜਿਆ ਲਿਖਿਆ ਪਤਾ ਨਹੀਂ ਕਿੰਨਾ ਕੁ ਟੈਲੈਂਟਡ ਬੰਦਾ ਇਹੀ ਐਨ ਦਾ ਲਾਗੇ ਇੱਕ ਵਾਰੀ ਉਹਨੇ ਰੇੜੀ ਤੋਂ ਮਾਰ ਖਾ ਲਈ ਸੀ ਕਿਉਂਕਿ ਐਨ ਦਾ ਵੱਡੇ ਸਾਜ ਦੀਆਂ ਸੀ ਉਹਨੇ ਜਾ ਕੇ ਅੰਗੂਰਾ ਵਾਲੇ ਨੂੰ ਗੈਤਤਾ ਯਾਰ ਆ ਦਵਾਨੇ ਜਾਂ ਮਤੀਰੇ ਇਹ ਕੀ ਰੇਟ ਆ ਉਹਨੇ ਕਿਹਾ ਸਾਲਿਆ ਇਹ ਮੂਰ ਆ ਕੋਈ ਬੰਦਾ ਕਹਿ ਦਿੰਦਾ ਹైదరాబాద్ ਦਿੱਲੀ ਨੂੰ ਨਪ ਲੈਂਦਾ ਕੋਈ ਬੰਦਾ ਕਹਿ ਦਿੰਦਾ ਤਾਮਿਲ ਲਾਡੋ ਦਿੱਲੀ ਨੂੰ ਨਪ ਲੈਂਦਾ ਕੋਈ ਬੰਦਾ ਕਹਿ ਦਿੰਦਾ ਅਲੀਗੜ੍ਹ ਦਿੱਲੀ ਨੂੰ ਨਪ ਲੈਂਦਾ ਫਿਰ ਕੋਈ ਮਸਲਾ ਨਹੀਂ ਸੀ ਗੱਲ ਤਾਂ ਪੰਜਾਬ ਤੀ ਆ ਗਈ ਵੀ ਪੰਜਾਬ ਦਾ ਨਾਂ ਕਿਉਂ ਲਿਆ ਦਿੱਲੀ ਨੂੰ ਵੀ ਨਾਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਗੱਲ ਤਾਂ ਸਿਰਫ ਮਸਲਾ ਤਾਂ ਦਿੱਕਤ ਤਾਂ ਇਹਨਾਂ ਨੂੰ ਪੰਜਾਬ ਦੋ ਆ ਨਾ ਤੇ ਸਮਝਣ ਆਲੇ ਵਾਸਤੇ ਇਸ਼ਾਰਾ ਹੀ ਕਾਫੀ ਆ ਜੇ ਹਾਲੇ ਵੀ ਕੁਝ ਲੋਕ ਨਾ ਸਮਝਣ ਤਾਂ ਫਿਰ ਮਰਜ਼ੀ ਆ ਉਹਨਾਂ ਦੀ ਬਾਕੀ ਮੇਧਰ ਹੋਏ ਸੀ ਸੱਚਾਈ ਅੱਜ ਦੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਹੇਠਲੇ ਕਮੈਂਟ ਕਰਕੇ ਵੀ ਦਿਓ